ਪੰਜਾਬੀ ਮੈਂਟਲ ਹੈਲਥ ਪੋਡਕਾਸਟ ਦੇ ਅਗਲੇ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਤੁਹਾਨੂੰ ਹੁਣ ਤੱਕ ਦਾ ਕੀਤਾ ਕੰਮ ਮੇਰਾ ਪਸੰਦ ਆ ਰਿਹਾ ਹੋਣਾ ਅੱਜ ਆਪਾਂ ਗੱਲ ਕਰਾਂਗੇ ਵੀ ਚੜ੍ਹਦੀ ਕਲਾ ਵਾਲਾ ਮਾਈਂਡ ਸੈਟਾ ਜਿਹੜਾ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹੀਏ ਇਸ ਦੀ ਗੱਲ ਕਰਨੀ ਹੈ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਹੀ ਲੱਗਦਾ ਦਿੰਦਾ ਵੀ ਦੁਨੀਆ ਨਾ ਚੰਗੀ ਨਹੀਂ ਚਾਰੇ ਪਾਸੇ ਫਰੇਬ ਝੂਠ ਦਾ ਪਸਾਰਾ ਹੈ ਹਨਾ ਲੁੱਟਣ ਖਾਣ ਦੀ ਮੰਡੀ ਆਪਾਂ ਕਹਿ ਦਿੰਦੇ ਹਾਂਗੇ ਤੇ ਚਾਰੇ ਪਾਸੇ ਧੋਖੇ ਬੇਇਨਸਾਫੀਆਂ ਇਹੀ ਕੁਝ ਹੋ ਰਿਹਾ ਹੈ ਪਰ ਉਸੇ ਸਮੇਂ ਇਹ ਗੱਲ ਵੀ ਸੋਚਣ ਦੀ ਲੋੜ ਹੈ ਵੀ ਇਹੀ ਤੇ ਇਹਦੇ ਵਿੱਚ ਇਹਦੇ ਹੁੰਦੇ ਹੋਏ ਵੀ ਆਪਾਂ ਕਿਵੇਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ ਹਮੇਸ਼ਾ ਰੱਖੀਏ ਚੜ੍ਹਦੀ ਕਲਾ ਦੇ ਵਿੱਚ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੇ ਪੋਡਕਾਸਟ ਅਜੇ ਤੱਕ ਪਸੰਦ ਆ ਰਹੇ ਹੋਣਗੇ ਜੇ ਤੁਸੀਂ ਫ੍ਰੀ ਕਾਲ ਬੁੱਕ ਕਰਨੀ ਹੈ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ achievehappily.com ਤੇ ਜਾ ਕੇ ਬੁੱਕ ਕਰ ਸਕਦੇ ਹੋ ਬਾਕੀ YouTube Instagram TikTok ਸਾਰੀ ਜਗਾ ਅਨਾਸ਼ੀਰ ਸਬਸਕ੍ਰਾਈਬ ਲਾਈਕ ਕਰਿਆ ਕਰੋ ਨਾਲ ਦੀ ਨਾਲ ਪੌਡਕਾਸਟ ਜੇ ਸਪੋਟੀਫਾਈ ਜਾਂ ਐਪਲ ਤੇ ਸੁਣ ਰਹੇ ਹੋ ਤਾਂ ਪਲੀਜ਼ ਰੇਟ ਰਿਵਿਊ ਉੱਥੇ ਵੀ ਜਰੂਰ ਕਰੋ ਤੁਹਾਡੀ ਹੈਲਪ ਚਾਹੀਦੀ ਹੈ ਮੈਨੂੰ ਤਾਂ ਕਿ ਆਪਾਂ ਇਹਨੂੰ ਆਪਾਂ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿੱਥੇ ਵੀ ਪੰਜਾਬੀ ਬੋਲਣ ਵਾਲੇ ਲੋਕ ਨੇ ਆਪਾਂ ਕਰ ਕਰਤਾ ਕਮੈਂਟਲ ਹੈਲਥ ਦੀਆਂ ਗੱਲਾਂ ਪਹੁੰਚਾ ਸਕੀਏ ਮੇਰਾ ਕੰਮ ਹੈ ਜੀ ਵੀਡੀਓ ਬਣਾਉਣਾ ਥੋੜਾ ਕੰਮ ਹੈ ਜੀ ਸ਼ੇਅਰ ਕਰਨਾ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਐਪੀਸੋਡ ਸਭ ਤੋਂ ਪਹਿਲੀ ਗੱਲ ਚੜ੍ਹਦੀ ਕਲਾ 'ਚ ਰਹਿਣ ਦੇ ਫਾਇਦੇ ਕੀ ਨੇ ਟੈਂਦੀ ਕਲਾ ਜਿਉਂ ਨਾ ਰਹੀਏ ਕਿਉਂਕਿ ਅੱਜ ਕੱਲ ਦੇ ਚਾਰੇ ਪਾਸੇ ਤੁਸੀਂ ਦੇਖੋ ਤਾਂ ਟੈਂਦੀ ਕਲਾ ਜਿਹੜੀ ਉਹਦਾ ਵਰਤਾਂਤ ਜੋ ਬਹੁਤ ਜ਼ਿਆਦਾ ਵੱਡਾ ਚਾਰੇ ਪਾਸੇ ਹਰ ਕੋਈ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਇਹੀ ਚੱਲ ਰਿਹਾ ਹੈ ਨਾ ਚਾਰੇ ਪਾਸੇ ਤਾਂ ਇਸ ਸਾਰੇ ਰੋਲੇ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਉਦੋਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬਹੁਤ ਔਖਾ ਤੇ ਇਹੀ ਤੁਸੀਂ ਸਾਰੇ ਕਹਿੰਦੇ ਹੋ ਵੀਰੇ ਜੀ ਤਾਂ ਬਹੁਤ ਕਰਦਾ ਪਰ ਨੈਗੇਟਿਵਿਟੀ ਹੈ ਨਾ ਜਿਹੜੀ ਉਹ ਟਾ ਲੈਂਦੀ ਆਕੇ ਨੇਗੇਟਿਵਿਟੀ ਨਾਲ ਆਹ ਹੋ ਜਾਂਦਾ ਹੈ ਨੇਗੇਟਿਵਿਟੀ ਕਰਕੇ ਬਸ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਜਾਂ ਕਰਦੀਆਂ ਪਰ ਇਹ ਹੁੰਦਾ ਨਹੀਂ ਹੁਣ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਚੀਜ਼ ਇਹ ਹੈ ਵੀ ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ ਉਹਦੀ ਤੁਸੀਂ ਕੋਸ਼ਿਸ਼ ਕਰਨੀ ਹੈ ਮੰਨ ਲਓ ਕਿਸੇ ਦਾ ਸੁਭਾਅ ਬਦਲਣਾ ਮੰਨ ਲਓ ਕਿਸੇ ਚੀਜ਼ ਦੀ ਆਊਟਕਮ ਬਦਲਣੀ ਮੰਨ ਲਓ ਤੁਹਾਡਾ ਵੀਜ਼ਾ ਲੱਗਣਾ ਮੰਨ ਲਓ ਤੁਹਾਡੇ ਐਗਜ਼ਾਮ 'ਚ 90% ਨੰਬਰ ਆਉਣੇ ਮੰਨ ਲਓ ਤੁਹਾਡੇ ਗੱਡੀ ਦਾ ਲਾਇਸੈਂਸ ਪਾਸ ਹੋਣਾ ਉਹ ਤੁਹਾਡੇ ਕੰਟਰੋਲ 'ਚ ਨਹੀਂ ਹੈ ਉਹਦੇ ਵਾਸਤੇ ਤੁਸੀਂ ਕੋਸ਼ਿਸ਼ ਕਰਨੀ ਹੈ ਹੈਨਾ ਪਰ ਗੱਡੀ ਦੇ ਲੈਸਨ ਲੈਣੇ ਪੜਾਈ 10-10 22 ਘੰਟੇ ਕਰਨੀ ਹੈਨਾ ਵੀਜ਼ਾ ਵਾਲੇ ਸਾਰੇ ਪੇਪਰਵਰਕ ਸਹੀ ਕਰਨੇ ਤੇ ਜੂਨਰ ਦੀ ਗਾਈਡੈਂਸ ਉਹ ਪੂਰੀ ਕਰਨੀ ਇਹ ਤੁਹਾਡੇ ਹੱਥ 'ਚ ਹੈ ਨਾ ਇਹ ਤੇ ਫੋਕਸ ਕਰੋ ਦੋ ਚੀਜ਼ਾਂ ਹੁੰਦੀਆਂ ਇੱਕ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ ਇੱਕ ਜੋ ਕਿਸੇ ਹੋਰ ਦੇ ਕੰਟਰੋਲ 'ਚ ਹੈ ਜਦੋਂ ਤੁਸੀਂ ਕਿਸੇ ਦੇ ਹੋਰ ਦੇ ਕੰਟਰੋਲ ਵਾਲੀ ਚੀਜ਼ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਉਦੋਂ ਤੁਹਾਨੂੰ ਟੈਂਦੀ ਕਲਾ ਮਹਿਸੂਸ ਹੋਊਗੀ ਹੋਊਗੀ ਉਹਦੇ ਨਾਲੋਂ ਚੰਗਾ ਜਿਹੜੀ ਚੀਜ਼ ਤੁਹਾਡੇ ਹੱਥ 'ਵਸ ਹੈ ਉਹ ਤੇ ਜ਼ੋਰ ਲਾਓ ਉਹਨੂੰ ਇੰਪਰੂਵ ਕਰੋ ਫੇਰ ਆਪਦੇ ਆਪ ਤੁਹਾਡਾ ਛੜ ਦੀ ਖਲ ਵਾਲਾ ਮਾਈਂਡ ਸੈਟ ਬਣੂਗਾ ਛੜ ਦੀ ਕਲਾ ਚ ਰਹਿਣ ਦੇ ਫਾਇਦੇ ਕੀ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਉਹਨਾਂ ਬਾਰੇ ਪਹਿਲੀ ਗੱਲ ਆ ਛੜ ਦੀ ਕਲਾ ਚ ਰਹੋਗੇ ਤਾਂ ਜੋ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਚੋਂ ਉਹ ਤੁਹਾਨੂੰ ਮਿਲ ਸਕਦਾ ਜਿੱਟਿਆਂ ਦੀ ਕਲਾ ਚ ਰਹੋਗੇ ਤਾਂ ਕੋਈ ਚਾਂਸ ਨਹੀਂ ਹੈਗਾ ਛੜ ਦੀ ਕਲਾ ਚ ਰਹੋਗੇ ਤਾਂ ਜ਼ਿਆਦਾ ਚਾਂਸ ਹੈ ਵੀ ਉਹ ਮਿਲ ਸਕਦਾ ਤਾਂ ਇਹ ਚੀਜ਼ ਹੋਣੀ ਕਿਤੇ ਲਿਖ ਲਓ ਵੀ ਅੱਜ ਤੋਂ ਬਾਅਦ ਮੈਂ ਪੋਜ਼ਿਟਿਵ ਮਾਈਂਡਸੈਟ ਰੱਖਣਾ ਚੜ੍ਹਦੀ ਕਲਾ ਰੱਖਣੀ ਹੈ ਖੁਸ਼ ਰਹਿਣਾ ਤੇ ਸੋਲਿਊਸ਼ਨ ਫੋਕਸਡ ਰਹਿਣਾ ਕਿਉਂਕਿ ਤਾਂ ਹੀ ਜਿਹੜੀਆਂ ਮੈਂ ਮੰਜ਼ਲਾਂ ਤੇ ਪਹੁੰਚਣਾ ਚਾਹੁੰਨਾ ਜਾਂ ਚਾਹਨੀ ਆ ਉਹਦਾ ਪਹਿਲਾ ਸਟੈਪ ਹੀ ਇਹ ਹੈ ਬਾਕੀ ਗੱਲਾਂ ਬਾਅਦ ਦੀਆਂ ਜੇ ਇਹ ਹੀ ਨਾ ਕੀਤਾ ਫਿਰ ਅੱਗੇ ਕੁਝ ਨਹੀਂ ਹੋਣਾ ਠੀਕ ਹੈ ਜੀ ਦੂਜਾ ਸਟੈਪ ਇਹਦਾ ਕੀ ਹੈਗਾ ਇਹ ਤੁਹਾਨੂੰ ਮਾੜੇ ਦਿਨਾਂ 'ਚ ਵੀ ਨਾ ਜਦੋਂ ਡਾਊਨ ਫੀਲ ਕਰ ਰਹੇ ਹੋ ਲੋ ਫੀਲ ਕਰ ਰਹੇ ਹੋ ਜੇ ਤੁਹਾਡਾ ਨੇਚਰ ਹੀ ਚੜ੍ਹਦੀ ਕਲਾ ਵਾਲਾ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਤੁਹਾਨੂੰ ਉਨੀ ਔਖਿਆ ਹੀ ਨਹੀਂ ਆਉਣੀ ਜਿੰਨੀ ਉਹ ਬੰਦੇ ਨੂੰ ਆਉ ਉਹ ਜਿਹੜਾ ਵੈਸੀ ਟੈਂਦੀ ਕਲਾ ਵਾਲਾ ਬੰਦਾ ਹੁਣ ਇਹਦੀ ਐਗਜ਼ਾਮਪਲ ਲੈ ਲਓ ਵੀ ਦੋ ਤਰ੍ਹਾਂ ਦੇ ਬੰਦੇ ਤੁਹਾਡੇ ਦੋਸਤ ਨੇ ਇੱਕ ਆ ਜਿਹੜਾ ਖੁਸ਼ ਹੀ ਰਹਿੰਦਾ ਆਪਾਂ ਕਹਿੰਦੇ ਇਹਦਾ ਰੱਬ ਦਾ ਬਸ ਠੀਕ ਆ ਗਿਆ ਤਾਂ ਪਤਾ ਨਹੀਂ ਕਿਵੇਂ ਜੋ ਮਰਜ਼ੀ ਕਰੇ ਇਹ ਤਾਂ ਸੈੱਟ ਹੀ ਰਹਿੰਦਾ ਕੰਮ ਕਿਉਂਕਿ ਕੋ ਚੜਦੀ ਕਲਾ ਚ ਰਹਿੰਦਾ ਇੱਕ ਹੋਰ ਆਪਣੇ ਦੋਸਤ ਨੇ ਉਹਨਾਂ ਕੋਲ ਸਾਰਾ ਕੁਝ ਹੁੰਦਾ ਕਹਿੰਦੇ ਪਤਾ ਨਹੀਂ ਹੋਰ ਕੀ ਭਾਲਦਾ ਰੱਬ ਤੋਂ ਮਰੂ ਮਰੂ ਕਰੀ ਜਾਂਦਾ ਰੱਬ ਦਾ ਤਾਂ ਸਾਰਾ ਖੁਸ਼ ਆ ਕਿਉਂਕਿ ਉਹ ਢੈਂਦੀ ਕਲਾ ਚ ਰਹਿੰਦਾ ਤਾਂ ਢੈਂਦੀ ਕਲਾ ਵਾਲਾ ਬੰਦਾ ਚੰਗੇ ਦਿਨ ਵੀ ਉਹਦੀ ਢੈਂਦੀ ਕਲਾ ਉਹਨੂੰ ਮਾੜਾ ਫੀਲ ਕਰਾਊਗੀ ਚੜਦੀ ਕਲਾ ਵਾਲਾ ਬੰਦਾ ਜਿਹੜਾ ਉਹਦੀ ਚੜਦੀ ਕਲਾ ਦਾ ਜਿਹੜਾ ਨੇਚਰ ਆ ਉਹਦਾ ਮਾੜੇ ਦਿਨ ਤੇ ਵੀ ਉਹਨੂੰ ਹੱਲਾਸ਼ੇਰੀ ਅੰਦਰੋਂ ਹੀ ਮਿਲਣੀ ਹੈ ਵੀ ਚੱਲ ਸ਼ੇਰਾ ਖਿੱਚ ਦੇ ਕੰਮ ਨੂੰ ਤੂੰ ਹੀ ਕਰ ਸਕਦਾ ਹੈ ਤਾਂ ਇਹ ਬਹੁਤ ਜ਼ਰੂਰੀ ਸਟੈਪ ਹੈ ਇਹ ਤੋਂ ਬਿਨਾ ਤੀਜਾ ਪਾੜ ਜਿਹੜਾ ਹੈਗਾ ਚੜਦੀ ਕਲਾ 'ਚ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਘਰੇ ਕਲੇਸ਼ ਘਟੂਆ ਕੰਮ ਤੇ ਕਲੇਸ਼ ਘਟੂਆ ਕੰਮ ਵਧੀਆ ਹੋਣਗੇ ਘਰੇ ਵੀ ਤੇ ਕੰਮ ਤੇ ਵੀ ਪੜ੍ਹਾਈ 'ਚ ਮਨ ਲੱਗੂਗਾ ਕੰਮ ਕਰਨ 'ਚ ਮਨ ਲੱਗੂਗਾ ਹੈਨਾ ਇਹ ਬਹੁਤ ਹੀ ਇੰਪੋਰਟੈਂਟ ਐਸਪੈਕਟ ਨੇਗੇ ਜਦੋਂ ਆਪਾਂ ਇਹਨਾਂ ਤੇ ਧਿਆਨ ਨਹੀਂ ਦਿੰਦੇ ਹੈਗੇ ਤੈਂਦੀ ਕਲਾ ਜਿਹੜੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਪੈਕਟ ਕਰਦੀ ਆ ਫਿਰ ਜਦੋਂ ਇਹ ਚੀਜ਼ਾਂ ਖਰਾਬ ਹੋ ਜਾਂਦੇ ਤਾਂ ਘਰ ਦੀ ਲਾਈਫ ਖਰਾਬ ਕੰਮ ਦੀ ਲਾਈਫ ਖਰਾਬ ਆਊਟਕਮਸ ਖਰਾਬ ਫਿਰ ਮੈਂਟਲ ਹੈਲਥ ਦੇ ਪੰਗੇ ਮੈਂਟਲ ਹੈਲਥ ਦੇ ਪੰਗੇ ਸਟ्रेस ਐਂਜਾਇਟੀ ਡਿਪਰੈਸ਼ਨ ਪੈਨਿਕ ਅਟੈਕਸ ਸਾਰਾ ਕੁਝ ਹੋ ਆ ਜਾਂਦਾ ਕਿ ਤਾਂ ਇਹ ਪੈਕੇਜ ਹੀ ਆ ਫਿਰ ਇਹ ਪੈਕੇਜੋਂ ਬਾਹਰ ਨਿਕਲਣ ਦਾ ਤਰੀਕਾ ਛੜਦੀ ਕਲਾ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਬਾਰ-ਬਾਰ ਛੜਦੀ ਕਲਾ ਹਨਾ ਆਪਣੇ ਤਾਂ ਬੋਲੀ ਦੇ ਵਿੱਚ ਆ ਇਹ ਤਾਂ ਆਪਣੇ ਲਈ ਤਾਂ ਇਹ ਛੜਦੀ ਕਲਾ 'ਚ ਰਹਿਣਾ ਬਹੁਤ ਹੀ ਸੌਖਾ ਹੈ ਹੁਣ ਤੁਸੀਂ ਕਹੋਗੇ ਲੈ ਕਰਤੀ ਗੱਲ ਮੈਂ ਤੁਹਾਨੂੰ ਦੱਸਦਾ ਕਿਵੇਂ ਅੱਗੇ ਆਪਾਂ ਥੋੜੇ ਜੇ ਸਟੈਪ ਇਹਦੇ ਲਿਖੋ ਬਹੁਤ ਹੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਂਗਾ ਵੀ ਕਿਵੇਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਚੜ੍ਹਦੀ ਕਲਾ ਵੱਲ ਜਾ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਹੈ ਚੜ੍ਹਦੀ ਕਲਾ 'ਚ ਰਹਿਣਾ ਰੋਜ਼ ਸ਼ਾਮ ਨੂੰ ਕਾਪੀ ਪੈਨ ਲਓ ਸ਼ਾਂਤ ਜਗ੍ਹਾ ਤੇ ਬੈਠੋ ਉੱਥੇ ਬੈਠ ਕੇ ਲਿਖੋ ਅੱਜ ਕਿਹੜੀਆਂ ਖਿੜੀਆਂ ਚੀਜ਼ਾਂ ਮੇਰੀ ਜ਼ਿੰਦਗੀ 'ਚ ਹੋਈਆਂ ਜਿਨ੍ਹਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ ਛੋਟੀ ਤੋਂ ਛੋਟੀ ਚੀਜ਼ ਵੱਡੀ ਤੋਂ ਵੱਡੀ ਚੀਜ਼ ਇਹ ਵੀ ਹੋ ਸਕਦਾ ਵੀ ਅੱਜ ਕਿਸੇ ਨੇ ਮੈਨੂੰ ਹੱਸ ਕੇ ਬੁਲਾਇਆ ਇਹ ਵੀ ਹੋ ਸਕਦਾ ਅੱਜ ਮੇਰੇ ਕੰਮ ਤੇ ਮੇਰੇ ਤੇ ਲੋਡ ਸੀ ਤਾਂ ਮੈਨੂੰ ਕਿਸੇ ਨੇ ਆ ਕੇ ਮੇਰੀ ਹੈਲਪ ਕੀਤੀ ਇਹ ਵੀ ਹੋ ਸਕਦਾ ਅੱਜ ਮੈਨੂੰ ਘਰੋਂ ਫੋਨ ਆਇਆ ਇਹ ਵੀ ਹੋ ਸਕਦਾ ਵੀ ਅੱਜ ਮੇਰਾ ਕੋਈ ਹੱਡ ਫੈਰ ਦੁੱਖ ਨਹੀਂ ਰਿਹਾ ਮੈਨੂੰ ਕੋਈ ਸਿਰ ਨਹੀਂ ਦੁਖ ਰਿਹਾ ਮੈਂ ਫਿਜ਼ੀਕਲੀ ਫਿੱਟ ਹਾਂ ਕਿਉਂਕਿ ਆਪਣੇ ਸਾਰਿਆਂ ਦੀਆਂ ਕੁਝ ਪ੍ਰੋਬਲਮਾਂ ਹੁੰਦੀਆਂ ਹਰ ਕਿਸੇ ਦੀ ਡਿਫਰੈਂਟ ਕਿਸੇ ਦੀ ਮੈਂਟਲ ਕਿਸੇ ਦੀ ਫਿਜ਼ੀਕਲ ਕਿਸੇ ਦੀ ਇਮੋਸ਼ਨਲ ਹੈ ਨਾ ਵੀ ਅੱਜ ਮੇਰੇ ਨਾਲ ਕੀ ਠੀਕ ਹੋਇਆ ਗਲਤੀਆਂ ਤੇ ਫੋਕਸ ਨਾ ਕਰੋ 네ਗੇਟਿਵ ਤੇ ਨਾ ਫੋਕਸ ਕਰੋ ਜਿਹੜੀ 1 2 3 4 ਚੀ ਅੱਜ ਤੋਂ ਸ਼ੁਰੂ ਕਰੋ ਪਰ ਮੈਨੂੰ ਪਾਜ਼ ਕਰਕੇ ਹੋਣੀ ਲਿਖੋ ਇੱਕ ਤਾਂ ਪੋਜ਼ਿਟਿਵ ਆਹੀ ਹੈ ਨਾ ਵੀ ਤੁਹਾਡੇ ਕੋਲ ਫੋਨ ਵੀ ਹੈ ਇੰਟਰਨੈਟ ਵੀ ਹੈ ਤੇ ਤੁਸੀਂ ਆ ਵੀਡੀਓ ਦੇਖ ਰਹੇ ਹੋ ਜਾਂ ਪੋਡਕਾਸਟ ਸੁਣ ਰਹੇ ਹੋ ਤਾਂ ਆਪਦੇ ਆਪ ਚ ਕਿੱਡੀ ਵੱਡੀ ਗੱਲ ਹੋ ਗਈ ਹੈ ਨਾ ਤਾਂ ਇਸੇ ਤਰੀਕੇ ਨਾਲ ਛੋਟੀਆਂ-ਛੋਟੀਆਂ ਜੜੀਆਂ ਛੋਟੀਆਂ ਪੋਜ਼ਿਟਿਵ ਚੀਜ਼ਾਂ ਉਹਨਾਂ ਨੂੰ ਇਕੱਠੀਆਂ ਕਰੋ ਦੂਸਰੀ ਚੀਜ਼ ਹੱਸਦੇ ਵਾਸਤੇ ਰਹੋ ਆਪਣੇ ਨੇ ਇੱਕ ਲੈਸਨ ਹੁੰਦਾ ਸੀ ਹੱਸਣਾ ਤੇ ਕੂਕਣਾ ਜਿਹੜੇ ਪੰਜਾਬ ਬੋਰਡ 'ਚ ਪੜ੍ਹੇ ਨੇ ਉਹਨਾਂ ਨੂੰ ਪਤਾ ਹੋਣਾ ਹੈ ਨਾ ਉਹਦੇ ਵਿੱਚ ਵੀ ਇਹੀ ਦੱਸਿਆ ਗਿਆ ਵੀ ਖੁੱਲ ਕੇ ਹੱਸਣਾ ਖੁੱਲ ਕੇ ਗੱਲ ਕਰਨੀ ਉਹਦੇ ਨਾਲ ਵੈਸੇ ਹੀ ਤੁਸੀਂ ਚੜ੍ਹਦੀ ਕਲਾ 'ਚ ਰਹਿਣੇ ਹੋਗੇ ਜੇ ਤੁਹਾਡੀ ਆਵਾਜ਼ ਹੀ ਹੈ ਯਾਰ ਮੈਂ ਕੀ ਕਰਾਂ ਉਹ ਯਾਰ ਮੈਂ ਤਾਂ ਬਹੁਤ ਔਖਾ ਜਾ ਰਹਾ ਮਰਮਰ ਹੁਣ ਮੇਰੀ ਬਾਤ ਸੁਣ ਕੇ ਵੀ ਤੁਹਾਨੂੰ ਕੀ ਸਵਾਦ ਆਣਾ ਵੀ ਕੀ ਕਰੀ ਜਾਣਾ ਪਰ ਜਦੋਂ ਮੈਂ ਐਂ ਗੱਲ ਕਰ ਰਿਹਾ ਆ ਤੁਹਾਨੂੰ ਵੀ ਇੰਗੇਜਮੈਂਟ ਹੋ ਰਹੀ ਆ ਮੇਰੇ ਨਾਲ ਇਸੇ ਚੀਜ਼ ਦਾ ਫਰਕ ਆ ਲਾਫਟਰ ਇਸ ਦਾ ਬੈਸਟ ਮੈਡੀਸਨ ਅੰਗਰੇਜ਼ੀ ਚ ਕਹਿੰਦੇ ਨੇ ਹਨਾ ਤੇ ਪੰਜਾਬੀ ਦੇ ਵਿੱਚ ਵੀ ਆਪਾਂ ਹਸਣਾ ਤੇ ਕੁਕਨ ਵਾਲਾ ਪਾਠ ਅਜੇ ਨਹੀਂ ਪੜਿਆ ਤਾਂ ਜ਼ਰੂਰ ਪੜਿਓ ਬਹੁਤ ਸੋਹਣੀ ਸਿੱਖਿਆ ਮਿਲਦੀ ਆ ਹਨਾ ਤੇ ਗੁਰਬਾਣੀ ਦੇ ਵਿੱਚ ਵੀ ਥਾਂ ਥਾਂ ਇਹਦੇ ਬਾਰੇ ਆਪਾਂ ਨੂੰ ਕਿਹਾ ਹੋਇਆ ਹਨਾ ਤਾਂ ਇਹ ਬਹੁਤ ਹੀ ਜ਼ਰੂਰੀ ਆ ਵੀ ਖੁੱਲ ਕੇ ਹੱਸੋ ਖੁੱਲ ਕੇ ਜਿਉਓ ਜਿੱਥੇ ਮੌਕਾ ਮਿਲਦਾ ਖੁੱਲ ਕੇ ਹੱਸਣ ਦਾ ਖੁੱਲ ਕੇ ਬੋਲਣ ਦਾ ਉਹਨੂੰ ਗਵਾਹੋ ਨਾ ਹਰ ਦਿਨ ਦੇ ਵਿੱਚ ਹਰ ਮੋਮੈਂਟ ਦੇ ਵਿੱਚ ਜਦੋਂ ਐਫਰਟ ਹੈ ਨਾ ਕਰਨ ਦੀ ਲੋੜ ਆ ਤੁਹਾਨੂੰ ਉੱਠ ਕੇ ਖੜੇ ਹੋਣ ਦੀ ਲੋੜ ਆ ਖੜੇ ਹੋ ਕੇ ਹੱਸਣ ਦੀ ਲੋੜ ਆ ਬੋਲਣ ਦੀ ਲੋੜ ਆ ਉਹ ਤੋਂ ਲੁਕੋ ਨਾ ਉਹਨੇ ਤੁਹਾਨੂੰ ਛੱਡਦੀ ਖਲਾ ਵਿੱਚ ਆਪੇ ਕਰ ਦੇਣਾ ਆਪਾਂ ਕਹਿੰਦੇ ਨਾ ਕੋਈ ਫਲਾਣੇ ਨਾਲ ਗੱਲਾਂ ਕਰਕੇ ਨਾ ਇੰਨਾ ਹੱਸੇ ਇੰਨਾ ਹੱਸੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਉਹ ਉਹੀ ਚੀਜ਼ ਆ ਤੀਜੀ ਚੀਜ਼ ਆ ਸੰਗਤ ਉਹ ਲੋਕਾਂ ਦੀ ਸੰਗਤ ਕਰੋ ਜਿਹੜੇ ਚੜ੍ਹਦੀ ਕਲਾ ਵਾਲੇ ਨੇ ਹントੂ ਸੀ ਕੋង ਯਾਰ ਮੇਰੇ ਵਾਲਾ ਲੱਗਦਾ ਕੋਈ ਨਹੀਂ ਚੜ੍ਹਦੀ ਕਲਾ ਵਾਲਾ ਫਿਰ ਗੁਰਦੁਆਰੇ ਜਾਓ ਸੇਵਾ ਕਰੋ ਬਾਣੀ ਸੁਣੋ ਹੈਨਾ ਫਿਰ ਸਟੈਪ ਲਵਾਂਗੇ ਤਾਂ ਇਹਦੇ ਨਾਲ ਆਪਦੇ ਆਪ ਚੜ੍ਹਦੀ ਕਲਾ ਆਉਣੀ ਹੈ ਗੁਰਬਾਣੀ ਸੁਣੋਂਗੇ ਉੱਥੇ ਜਾ ਕੇ ਘਰੇ ਤੁਹਾਡੇ ਦੋਸਤ ਹੋਮ ਜਿਹੜੇ ਪੋਜ਼ਿਟਿਵ ਨੇ ਅੱਗੇ ਵਧ ਰਹੇ ਨੇ ਲਾਈਫ 'ਚ ਕੁਝ ਕਰ ਰਹੇ ਨੇ ਉਹਨਾਂ ਨੂੰ ਮਿਲੋ ਉਹਨਾਂ ਨਾਲ ਰਹੋ ਤਾਂ ਆਪਦੇ ਆਪ ਵੀ ਤੁਹਾਡੇ ਜਿਹੜੇ ਮਾਈਂਡ ਸੈਟ ਆ ਉਹ ਚੜ੍ਹਦੀ ਕਲਾ ਵਾਲਾ ਪੋਜ਼ਿਟਿਵਿਟੀ ਵਾਲਾ ਹੋਊਗਾ ਆਪਦੇ 네ਗੈਟਿਵਿਟੀ ਦੀ ਪਰਚੋਲ ਵੀ ਕਰੋ ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ ਵੀ ਮੈਂ 네ਗੈਟਿਵ ਕਦੋਂ ਹੁਣਾ ਜਾਂ ਹੁਣੀ ਆ ਕਿਵੇਂ ਉਹ ਉਦੋਂ 네ਗੇਟਿਵ ਹੁੰਨਾ ਜਾਂ ਹੁੰਨੀ ਆ ਜਦੋਂ ਮੇਰੇ ਆਲੇ ਦੁਆਲੇ ਵਾਲੇ ਲੋਕ ਬਹੁਤ 네ਗੇਟਿਵਿਟੀ ਮੇਰੇ ਵਿੱਚ ਭਰ ਦਿੰਦੇ ਨੇ ਜਾਂ ਮੈਂ ਉਦੋਂ 네ਗੇਟਿਵ ਆ ਜਦੋਂ ਮੇਰੇ ਜਿਹੜੇ ਇਕੱਲੇ ਬੈਠਣ ਕਰਕੇ ਖਿਆਲ ਮੰਨ ਚ ਭਰ ਜਾਂਦੇ ਨੇ ਜਾਂ ਮੋਂ ਉਦੋਂ 네ਗੇਟਿਵ ਆ ਜਦੋਂ ਮੈਂ ਫਿਊਚਰ ਬਾਰੇ ਸੋਚਣਾ ਜਾਂ ਉਦੋਂ 네ਗੇਟਿਵ ਆ ਜਦੋਂ ਮੈਂ ਪਾਸਟ ਦੀਆਂ ਗਲਤੀਆਂ ਬਾਰੇ ਸੋਚੇ ਜਦੋਂ ਆਈਡੈਂਟੀਫਾਈ ਕਰ ਲਓਗੇ ਫਿਰ ਉਹਦੇ ਪ੍ਰੋਸੈਸ ਨੇ ਆਪਣੀਆਂ ਕਾਫੀ ਵੀਡੀਓ ਦੇ ਵਿੱਚ ਮੈਂ ਵੀ ਦੱਸਿਆ ਹੋਇਆ ਤੇ ਅੱਗੇ ਹੋਰ ਵੀ ਬਣਾਵਾਂਗੇ ਵੀ ਕਿਵੇਂ ਫਿਰ ਉਹ ਚੀਜ਼ਾਂ ਤੋਂ ਮੂਵ ਹੋ ਕੇ ਪ੍ਰੈਜ਼ੈਂਟ ਦੇ ਵਿੱਚ ਆਉਣਾ ਉਹਦਾ ਬੈਸਟ ਆਈਡੀਆ ਉਹਦੀ ਕਾਪੀ ਪ ਮੈਡੀਟੇਸ਼ਨ ਕਰੋ ਮਾਈਂਡਫੁਲਨੈਸ ਕਰੋ ਪਾਠ ਕਰੋ ਗੁਰੂ ਘਰ ਜਾਓ ਹਨਾ ਇਹ ਚੀਜ਼ਾਂ ਨਾਲ ਬਹੁਤ ਫਰਕ ਪੈਣਾਗਾ ਲਾਸਟ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਉਹਦੇ ਵਿੱਚ ਪੁਆਇੰਟਾਂ ਦੇ ਵਿੱਚ ਉਹ ਹੈਗੀ ਹੈ ਆਪਣੀ ਮਾਰਨਿੰਗ ਹੈ ਜਿਹੜੀ ਜਿਹੜੀ ਤੁਹਾਡੀ ਸਵੇਰ ਹੈ ਉਹਨੂੰ ਚੜ੍ਹਦੀ ਕਲਾ ਵਾਲੀ ਬਣਾਓ ਟਾਈਮ ਤੇ ਉੱਠਣਾ ਟਾਈਮ ਤੇ ਉੱਠ ਕੇ ਐਕਸਰਸਾਈਜ਼ ਕਰਨੀ ਇਸ਼ਨਾਨ ਕਰਨਾ ਪਾਣੀ ਪੜਨੀ ਮੈਡੀਟੇਸ਼ਨ ਕਰਨੀ ਆਪਦੇ ਦਿਨ ਦਾ ਪਲਾਨ ਦੇਖਣਾ ਫਿਰ ਫੋਨ ਨੂੰ ਹੱਥ ਲਾਉਣਾ ਅੱਧਾ ਪੌਣਾ ਘੰਟਾ ਤੜਕੇ-ਤੜਕੇ ਫੋਨ ਨੂੰ ਹੱਥ ਨਾ ਲਾਓ। ਆਲਾਰਮ ਲਿਆਓ ਕਮਰੇ 'ਚ ਲਾਉਣ ਨੂੰ। ਫਿਰ ਇੰਟਰਨੈਟ ਔਨ ਕਰੋ ਜਦੋਂ ਸਾਰਾ ਇਹ ਕੰਮ ਨਿਮੇੜ ਲਿਆ ਫਿਰ ਦੇਖੋ ਬਾਕੀ ਦੁਨੀਆ 'ਚ ਕੀ ਹੋ ਰਿਹਾ ਪਹਿਲਾਂ ਆਪਣਾ ਆਪ ਤਾਂ ਹੱਲ ਕਰੋ। ਤਾਂ ਇਹ ਚੀਜ਼ਾਂ ਜਦੋਂ ਤੁਸੀਂ ਬਾਰ-ਬਾਰ ਕਰੋਗੇ ਇਹ ਦੇ ਨਾਲ ਬਹੁਤ ਪੋਜ਼ਿਟਿਵਿਟੀ ਆਊਗੀ ਤੇ ਇਹ ਦੇ ਨਾਲ ਰੂਟੀਨ ਬਣੂਗੀ। ਹੁਣ ਲਾਸਟ ਦੇ ਵਿੱਚ ਇਹ ਸਾਰਾ ਕੁਝ ਕਰਨ ਦੇ ਨਾਲ ਹੋਊਗਾ ਕੀ? ਉਹ ਵੀ ਤਾਂ ਵੱਡਾ ਸਵਾਲ ਆ ਵੀ ਤੂੰ ਕਹੀ ਤਾਂ ਜਨਾ ਕਰ ਲਈ ਕਾਦੇ ਖ਼ਤਰੇ ਕਰ ਲਈਏ। ਜ਼ਿੰਦਗੀ ਆ ਜਿਹੜੀ ਉਦਾ ਮਕਸਦ ਕਲੀਅਰ ਹੋਊਗਾ ਜਿੰਦਗੀ ਇਹ ਜੜੀ ਜਿਆਦਾ ਫੁੱਲਫਿਲਡ ਮਹਿਸੂਸ ਹੋਊਗੀ ਜਿੰਦਗੀ ਦੇ ਵਿੱਚ ਰਸ ਆਊਗਾ ਇਹ ਚੀਜ਼ਾਂ ਮੇਨ ਆਉਣਗੀਆਂ ਸਭ ਤੋਂ ਪਹਿਲਾਂ ਇਹਦੇ ਨਾਲ એનર્ਜੀ ਆਊਗੀ ਤੁਹਾਡੇ ਅੰਦਰ ਜਿਆਦਾ ਤੁਹਾਨੂੰ ਐ ਲੱਗੇ ਮੇਰੇ ਅੰਦਰ ਊਰਜਾ ਹੈ ਮੈਂ ਕੁਝ ਕਰ ਸਕਦਾ ਜਾਂ ਕਰ ਸਕਦੀ ਹਾਂ ਮਨ ਦੀ ਸ਼ਾਂਤੀ ਆਊਗੀ ਤੇ ਨੀਂਦ ਚੰਗੀ ਆਊਗੀ ਕਲੈਰਿਟੀ ਆਊਗੀ ਦਿਮਾਗ ਦੇ ਵਿੱਚ ਵੀ ਅੱਗੇ ਕਰਨਾ ਕੀ ਹੈ ਕਿਉਂਕਿ ਕਲਟਰ ਨਿਕਲੂਗਾ ਕੂੜਾ ਨਿਕਲੂਗਾ ਜੇ ਦੋ ਸਾਰਾ ਕੁਝ ਨਿਕਲੂਗਾ ਉਹਦੇ ਨਾਲ ਇਹ ਆਟੋਮੈਟਿਕਲੀ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਇਹਨਾਂ ਦੇ ਨਾਲ ਫਿਰ ਕੀ ਹੌਲੀ ਹੌਲੀ ਆਤ ਬਣ ਜੂਗੀ ਜਦੋਂ ਆਤ ਬਣ ਗਈ ਤਾਂ ਲੋਕ ਤੁਹਾਡੇ ਬਾਰੇ ਕਿਹਾ ਕਰਨਗੇ ਵੀ ਫਲਾਨਾ ਸਿੰਘ ਜਾਂ ਫਲਾਨੀ ਕੌਰ ਨਾ ਉਹਨਾਂ ਦੇ ਨਾਲ ਰਹਾ ਕਰੋ ਯਾਰ ਸਾਰਾ ਤਾਂ ਐਵੇਂ ਛੱਡ ਦੀ ਕਲਾਚ ਰਹਿੰਦੇ ਨੇ ਮੈਨੂੰ ਉਮੀਦ ਆ ਅੱਜ ਦੇ ਪੋਡਕਾਸਟ ਚ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ ਜੇ ਮਿਲਿਆ ਤਾਂ ਇਹਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਰੀਟਰ ਵਿਊ ਜਿੱਥੇ-ਜਿੱਥੇ ਕਰ ਰਹੇ ਹਾਂ ਕਰ ਦਿਆ ਕਰੋ ਤੇ ਬਾਕੀ ਜੇ ਕਿਸੇ ਨੇ ਹੈਲਪ ਚਾਹੀਦੀ ਤਾਂ ਮੇਰੀ ਵੈਬਸਾਈਟ ਤੇ ਜਾ ਕੇ ਫ੍ਰੀ ਕਾਲ ਮੇਰੇ ਨਾਲ ਬੁੱਕ ਕਰ ਸਕਦਾ ਮਿਲਦੇ ਆਂ ਜੀ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ